ਸਤਿ ਸ਼੍ਰੀ ਅਕਾਲ, ਤੁਸੀਂ ਫੈਕਟ ਨਿਊਜ਼ ਦੇਖ ਰਹੇ ਹੋ ਅਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੋਥਰਾ। ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚੇ ਹਾਂ ਹੁਣੇ ਹੁਣੇ ਸਹੁੰ ਚੁੱਕ ਸਮਾਗਮ ਤੋਂ ਵਿਹਲੇ ਹੋਏ ਅਤੇ ਸਹੁੰ ਚੁੱਕਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਘਰ ਦੇ ਵਿੱਚ ਇੱਥੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਿਆਸਤ ਸ਼ੁਰੂ ਹੁੰਦੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਸਹੁੰ ਚੁੱਕੀ ਹੈ। ਬੇਸ਼ੱਕ ਰੌਣਕ ਬੇਸ਼ੱਕ ਇੱਥੇ ਨਹੀਂ ਹੈ ਕਿਉਂਕਿ ਪਰਿਵਾਰਿਕ ਮੈਂਬਰ ਸਾਰੇ ਜਿਹੜੇ ਨੇ ਉਹ ਚੰਡੀਗੜ੍ਹ ਸਹੁੰ ਚੁੱਕ ਸਮਾਗਮ ਦੇ ਵਿੱਚ ਨੇ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਹ ਸ਼ੁਰੂ ਤੋਂ ਹੀ ਕਾਂਗਰਸ ਹੀ ਰਹੇ ਨੇ ਔਰ ਉਹਨਾਂ ਦੇ ਪਿਤਾ ਦਾ ਇੱਕ ਵੱਡਾ ਨਾਮ ਹੈ ਕਾਂਗਰਸ ਦੇ ਵਿੱਚ। ਸੰਤੋਖ ਸਿੰਘ ਰੰਧਾਵਾ ਦਾ ਨਾਮ ਅੱਜ ਵੀ ਲੋਕ ਬੜੇ ਸਤਿਕਾਰ ਵਜੋਂ ਲੈਂਦੇ ਨੇ। ਇਹ ਉਹ ਹੀ ਘਰ ਹੈ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਪਿਤਾ ਸੰਤੋਖ ਸਿੰਘ ਰੰਧਾਵਾ ਕੋਲ ਗੁੜਤੀ ਲਈ ਸੀ ਸਿਆਸਤ ਦੀ ਔਰ ਉਸ ਗੁੜਤੀ ਦਾ ਨਤੀਜਾ ਹੈ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਬਣ ਚੁੱਕੇ ਨੇ। ਔਰ ਦੇਖਣ ਵਾਲੀ ਗੱਲ ਹੈ ਕਿ ਜਦੋਂ ਦੀ 2017 ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀਆਂ ਦੇ ਜਿੱਥੇ ਹਮਲੇ ਬੋਲਦੇ ਰਹੇ ਨੇ ਉੱਥੇ ਆਪਣੀ ਸਰਕਾਰ ਦੇ ਕੀਤੇ ਗਲਤ ਕੰਮਾਂ 'ਤੇ ਵੀ ਖੁੱਲ੍ਹ ਕੇ ਬੋਲਦੇ ਰਹੇ ਨੇ, ਵਿਰੋਧ ਤਾਂ ਕਰਦੇ ਰਹੇ ਨੇ। ਉਸੇ ਦਾ ਹੀ ਨਤੀਜਾ ਹੈ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਜੋ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਬਣ ਚੁੱਕੇ ਨੇ। ਇਹ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਹੈ, ਜੱਦੀ ਘਰ ਹੈ ਉਹਨਾਂ ਦਾ। ਇੱਥੋਂ ਹੀ ਸੰਤੋਖ ਸਿੰਘ ਰੰਧਾਵਾ ਨੇ ਗੁੜਤੀ ਦਿੱਤੀ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿਆਸਤ ਦੀ ਔਰ ਉਹ ਸਿਆਸਤ ਜਿਹੜੀ ਹੈ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਸੁਖਜਿੰਦਰ ਸਿੰਘ ਰੰਧਾਵਾ ਸਾਹਮਣੇ ਆਏ ਨੇ। ਤਸਵੀਰ ਦੇ ਵਿੱਚ ਦਿਖਾ ਦਿੰਦਾ ਕਿ ਇੱਕ ਤਸਵੀਰ ਇੱਥੇ ਲੱਗੀ ਹੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ ਔਰ ਪਹਿਲੀ ਤਸਵੀਰ ਵੀ ਦਿਖਾਵਾਂਗਾ ਜਦੋਂ ਉਹਨਾਂ ਨੇ 2017 ਦੇ ਵਿੱਚ ਸਹੁੰ ਚੁੱਕੀ ਸੀ ਪੰਜਾਬ ਦੇ ਗਵਰਨਰ ਕੋਲੋਂ। ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਸਹੁੰ ਚੁੱਕੀ ਸੀ 2017 ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ। ਅਸੀਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਮੌਜੂਦ ਹਾਂ, ਜੇ ਜੱਦੀ ਘਰ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਔਰ ਸੰਤੋਖ ਸਿੰਘ ਰੰਧਾਵਾ ਜਿਹੜੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸਨ ਉਹ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ। ਸੋ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰੀ ਫਿਰ ਨਵਾਂ ਮੋੜ, ਨਵਾਂ ਇੱਕ ਇਤਿਹਾਸ ਜਿਹੜਾ ਹੈ ਸ਼ੁਰੂ ਹੋਇਆ ਹੈ। ਇੱਕ ਨਵੀਂ ਟੀਮ ਜਿਹੜੀ ਹੈ ਉਹ ਆ ਗਈ ਹੈ। ਤਸਵੀਰਾਂ ਦੇ ਜ਼ਰੀਏ ਦਿਖਾ ਦਿੰਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਮੌਜੂਦ ਹਾਂ। ਉਹ ਆਪ ਤਾਂ ਇੱਥੇ ਨਹੀਂ ਨੇ, ਨਾ ਹੀ ਉਹਨਾਂ ਦਾ ਪਰਿਵਾਰ ਇੱਥੇ ਆ, ਵਰਕਰ ਵੀ ਇੱਥੇ ਨਹੀਂ ਪਹੁੰਚੇ, ਪਰ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਜਾਂ ਇੱਥੇ ਉਹਨਾਂ ਦੇ ਘਰ ਲੋਕ ਕੰਮ ਕਰਦੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਉਹ ਕਹਿਣਾ ਚਾਹੁੰਦੇ। ਕੀ ਨਾਮ ਆ ਜੀ? ਅਜੀਤ ਸਿੰਘ ਜੀ। ਜੀ ਕੀ ਕਹਿਣਾ ਚਾਹੋਗੇ? ਤੁਹਾਡੇ ਰੰਧਾਵਾ ਸਾਹਿਬ ਉਪ ਮੁੱਖ ਮੰਤਰੀ ਬਣ ਗਏ। ਹਾਂਜੀ, ਬਹੁਤ ਵਧੀਆ ਹੋਇਆ, ਸਾਨੂੰ ਮਹਿਕਮੇ ਮਿਲ ਗਏ, ਮਿਲ ਜਾਣ ਚੰਗੇ ਤਾਂ ਫਿਰ ਅਸੀਂ ਧੂੜਾਂ ਧੁਮਾ ਦਿਆਂਗੇ ਕਿ ਅਸੀਂ ਬਹੁਤ ਖੁਸ਼ ਹਾਂ। ਕੀ ਕਹਿਣਾ ਚਾਹੋਗੇ? ਸੰਤੋਖ ਸਿੰਘ ਰੰਧਾਵੇ ਦੀ ਸਿਆਸਤ ਅੱਜ ਉਪ ਮੁੱਖ ਮੰਤਰੀ ਤੱਕ ਪਹੁੰਚ ਗਈ। ਹਾਂਜੀ, ਸੰਤੋਖ ਸਿੰਘ ਰੰਧਾਵੇ ਦਾ ਪੁੱਤਰ ਹੈ, ਕੋਈ ਸੁਖਜਿੰਦਰ ਸਿੰਘ ਰੰਧਾਵਾ ਉਦੋਂ ਵੀ ਅਕਲਵੰਦ ਹੈ, ਅਸੀਂ ਬਹੁਤ ਮਿਹਰਬਾਨੀ ਨਾਲ ਸਾਰਾ ਕੁਛ ਬਿਲਕੁਲ ਨਿਭਾਏਗਾ। ਹੋਰ ਵੀ ਇੱਥੇ ਉਹਨਾਂ ਦੇ ਜਿਹੜੇ ਘਰ ਬਾਰ ਇੱਥੇ ਕੰਮ ਕਰਦੇ ਨੇ, ਕੀ ਨਾਮ ਹੈ ਜੀ? ਮੇਰੇ ਨਾਂ ਰਾਜ ਜੀ। ਤੁਹਾਡੇ ਰੰਧਾਵਾ ਸਾਹਿਬ ਪਹੁੰਚ ਗਏ ਉਪ ਮੁੱਖ ਮੰਤਰੀ ਬਣ ਗਏ। ਹਾਂਜੀ, ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਅਤੇ ਸ਼ੁਕਰ ਕਰਨੀ ਹਾਂ ਜਿਹੜਾ ਪਰਮੇਸ਼ਰ ਨੇ ਇਹਨਾਂ ਨੂੰ ਅਹੁਦੇ ਬਖਸ਼ੇ। ਇਹ ਉਹਨਾਂ ਦੇ ਮੁਲਾਜ਼ਮ ਨੇ ਜਿਹੜੇ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਕੋਲ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਰੰਧਾਵਾ ਪਰਿਵਾਰ ਜਿਹੜਾ ਹੈ ਸ਼ੁਰੂ ਤੋਂ ਹੀ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਹੈ ਔਰ ਇਹ ਸੰਤੋਖ ਸਿੰਘ ਰੰਧਾਵੇ ਦੀ ਸਿਆਸਤ ਹੀ ਹੈ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਬਣ ਚੁੱਕੇ ਨੇ। ਕੈਮਰਾਮੈਨ ਨਿਸ਼ਾਂਤ ਦੇ ਨਾਲ ਫੈਕਟ ਨਿਊਜ਼ ਲਈ ਨਿਤਿਨ ਲੋਥਰਾ, ਗੁਰਦਾਸਪੁਰ।